ਸਿਰੇ ਬਸ ਲੈ ਕੇ ਇੱਕ ਵਾਰੀ ਫਿਰ ਤੋਂ ਹਾਜ਼ਰ ਹੋ ਚੁੱਕੇ ਹਾਂ ਜੀ ਤੁਹਾਡੀ ਸਾਰਿਆਂ ਦੇ ਕੋਲ ਅਤੇ ਐਂਟਰਟੇਨਮੈਂਟ ਵਰਲਡ ਦੇ ਵਿੱਚ ਇਸ ਹਫ਼ਤੇ ਕੀ ਕੁਝ ਹੋਇਆ ਹੈ ਅਤੇ ਕੀ ਕੁਝ ਹੋਣ ਜਾ ਰਿਹਾ ਉਹਦੀ ਅਪਡੇਟ ਵੀ ਤੁਹਾਨੂੰ ਦੇ ਦਿੰਦੇ ਹਾਂ ਗੱਲ ਕਰੀਏ ਨਵੇਂ ਨਵੇਂ ਐਂਟਰਟੇਨਮੈਂਟ ਦੇ ਪੈਕੇਜਸ 'ਤੇ ਤਾਂ ਰਣਜੀਤ ਬਾਵਾ ਅਤੇ ਸਤਿੰਦਰ ਸੱਤੀ ਬਿਲਕੁਲ ਤਿਆਰ ਨੇ ਜੀ ਆਪਣੇ ਅਪਕਮਿੰਗ ਸ਼ੋਅ ਪੰਜਾਬ ਬੋਲਦਾ ਨੂੰ ਲੈ ਕੇ ਔਰ ਉਹ ਆ ਰਹੇ ਨੇ ਨਿਊਜ਼ੀਲੈਂਡ ਬਹੁਤ ਜਲਦ ਤੁਹਾਡੇ ਸਾਰਿਆਂ ਦੇ ਵਿਚਕਾਰ ਅਪ੍ਰੈਲ ਦੇ ਵਿੱਚ ਉਹਨਾਂ ਦਾ ਇੱਕ ਟੂਰ ਹੋਵੇਗਾ ਅਤੇ ਇੱਧਰ ਔਕਲੈਂਡ ਵਾਲਿਆਂ ਨੇ ਵੀ ਕੱਸ ਲਈ ਹੈ ਪੂਰੀ ਪੂਰੀ ਤਿਆਰੀ ਅਤੇ ਨਾਲ ਦੇ ਨਾਲ ਆਰਿਫ ਲੋਹਾਰ ਅਤੇ ਕਮਰ ਗਰੇਵਾਲ ਉਹ ਵੀ ਬਹੁਤ ਜਲਦ ਨਿਊਜ਼ੀਲੈਂਡ ਦੀ ਗੇੜੀ ਮਾਰ ਸਕਦੇ ਨੇ ਗੱਲ ਕਰੀਏ ਅਸੀਂ ਫਿਲਮਾਂ ਦੀ ਤਾਂ 3 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ ਜੀ ਸਤਿੰਦਰ ਸਰਤਾਜ ਨੀਰੂ ਬਾਜਵਾ ਵਾਮਿਕਾ ਗੱਬੀ ਸਟਾਰਰ ਮੂਵੀ ਕਲੀ ਝੂਟਾ ਇਸ ਮੂਵੀ ਦੇ ਵਿੱਚ ਬਹੁਤ ਕੁਝ ਹੈ ਜੋ ਦੇਖਣ ਵਾਲਾ ਹੈ ਬਾਕੀ ਦਾ ਗਾਣਾ ਮੈਨੂੰ ਬਹੁਤ ਹੀ ਜ਼ਿਆਦਾ ਪਿਆਰ ਮਿਲਿਆ ਜੋ ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ ਔਰ ਇਸ ਮੂਵੀ ਦੀ ਪ੍ਰਮੋਸ਼ਨ ਦੇ ਲਈ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਪਹੁੰਚੇ ਕਪਿਲ ਸ਼ਰਮਾ ਦੇ ਸ਼ੋਅ ਦੇ ਵਿੱਚ ਸੈੱਟ 'ਤੇ ਕੀਤੀ ਖੂਬ ਮਸਤੀ ਔਰ ਇਸ ਦੀਆਂ ਫੋਟੋਜ਼ ਸ਼ੇਅਰ ਕੀਤੀਆਂ ਨੀਰੂ ਬਾਜਵਾ ਨੇ ਆਪਣੇ ਇੰਸਟਾ ਅਕਾਊਂਟ 'ਤੇ ਉੱਧਰ ਬਾਕਮਾਲ ਕੈਮਿਸਟਰੀ ਦੇਖਣ ਨੂੰ ਮਿਲੀ ਹੈ ਜੀ ਸ਼ਹਿਨਾਜ਼ ਗਿੱਲ ਦੀ ਅਤੇ ਗੁਰੂ ਰੰਧਾਵਾ ਦੀ ਔਰ ਇਹ ਕੈਮਿਸਟਰੀ ਆਈ ਹੈ ਨਜ਼ਰ ਗੁਰੂ ਰੰਧਾਵਾ ਦੇ ਨਵੇਂ ਗਾਣੇ ਮੂਨ ਰਾਈਜ਼ ਦੇ ਵਿੱਚ ਜਿਹਦੇ ਸ਼ਹਿਨਾਜ਼ ਗਿੱਲ ਉਹਨਾਂ ਦੇ ਨਾਲ ਨੇ ਅਤੇ ਇਹਨਾਂ ਦੋਨਾਂ ਦੀਆਂ ਜਿਹੜੀਆਂ ਪਿਕਸ ਨੇ ਉਹਦੇ ਵਿੱਚ ਸ਼ਹਿਨਾਜ਼ ਨੇ ਵੀ ਲਿਖਿਆ ਵੀ ਬੋਥ ਲੁੱਕ ਕਿਊਟ ਟੁਗੈਦਰ ਗੁਰੂ ਨੇ ਵੀ ਇਹ ਫੋਟੋਜ਼ ਸ਼ੇਅਰ ਕੀਤੀਆਂ ਨੇ ਔਰ ਲੱਗ ਰਿਹਾ ਦੇਖਣ ਦੇ ਨਾਲ ਕਿ ਕੋਈ ਖਿਚੜੀ ਪੱਕ ਰਹੀ ਹੈ ਲੈਟਸ ਵੀ ਹੋਪ ਕਿ ਬਹੁਤ ਹੀ ਵਧੀਆ ਰਿਲੇਸ਼ਨਸ਼ਿਪ ਨਿਕਲੇ ਬਹੁਤ ਸਾਰੇ ਗੋਸਿਪਸ ਵੀ ਹੋ ਰਹੀਆਂ ਨੇ ਬਟ ਜੇ ਅਸੀਂ ਗੱਲ ਕਰੀਏ ਸ਼ਹਿਨਾਜ਼ ਗਿੱਲ ਦੀ ਤਾਂ ਸ਼ਹਿਨਾਜ਼ ਗਿੱਲ ਇਸ ਵੇਲੇ ਰਾਈਜ਼ 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 ਹੀ ਕਰਦੇ ਜਾ ਰਹੇ ਨੇ ਮੂਨ ਰਾਈਜ਼ ਨੇ ਵੀ ਉਹਨਾਂ ਨੂੰ ਹੋਰ ਜ਼ਿਆਦਾ ਰਾਈਜ਼ ਦੇ ਦਿੱਤਾ ਉੱਥੇ ਬਾਲੀਵੁੱਡ ਦੇ ਲਈ ਬਹੁਤ ਹੀ ਜ਼ਿਆਦਾ ਮਾਣ ਵਾਲੀ ਗੱਲ ਹੈ ਆਰ ਮਾਧਵਨ ਦੀ ਮੂਵੀ ਰੋਕਟਰੀ ਦਾ ਨੋਮਬੀ ਇਫੈਕਟ ਇਹਨੂੰ ਓਸਕਰਸ ਦੇ ਲਈ ਸ਼ਾਰਟ ਲਿਸਟ ਕਰ ਲਿਆ ਗਿਆ ਉੱਧਰ ਨਾਟੂ ਨਾਟੂ ਗਾਣਾ ਜਿਹੜਾ ਹੈ ਜਿਸਨੂੰ ਕਿ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਉਹਦਾ ਹਿੰਦੀ ਵਰਜ਼ਨ ਵੀ ਆਇਆ ਮੈਂ ਗੱਲ ਕਰ ਰਹੀ ਹਾਂ RRR ਮੂਵੀ ਦੇ ਇਸ ਗਾਣੇ ਦੀ ਇਸ ਗਾਣੇ ਨੂੰ ਮਿਲਿਆ ਬਹੁਤ ਹੀ ਜ਼ਿਆਦਾ ਪਿਆਰ ਔਰ ਇਹਨੂੰ ਦ ਗੋਲਡਨ ਗਲੋਬ ਅਵਾਰਡ 2023 ਮਿਲ ਚੁੱਕਾ ਹੈ ਸੋ ਉਹਦੇ ਲਈ ਪੂਰੀ ਟੀਮ ਨੂੰ ਬਹੁਤ ਹੀ ਜ਼ਿਆਦਾ ਵਧਾਈਆਂ ਦਿਸ ਇਜ਼ ਐਨ ਓਰੀਜਨਲ ਸੌਂਗ ਔਰ ਇਸ ਕਰਕੇ ਡਿਜ਼ਰਵ ਵੀ ਕਰਦੇ ਸੀ ਅਤੇ ਗੱਲ ਕਰ ਲਈਏ ਅਸੀਂ ਕਰਨ ਔਜਲਾ ਦੀ ਜਿਹਨਾਂ ਦਾ ਜਨਮਦਿਨ ਹੈ 18 ਜਨਵਰੀ ਨੂੰ ਉਹਨਾਂ ਨੇ ਵੀ ਇੱਕ ਸਰਪ੍ਰਾਈਜ਼ ਦੇ ਦਿੱਤਾ ਬਟ ਉਹ ਕਹਿੰਦੇ ਨੇ ਕਿ ਸਰਪ੍ਰਾਈਜ਼ ਜਿਹੜਾ ਰਿਵੀਲ ਹੋਏਗਾ ਉਹ ਹੋਏਗਾ ਉਹਨਾਂ ਦੇ ਜਨਮਦਿਨ ਦੇ ਮੌਕੇ 'ਤੇ ਯਾਨੀ ਉਹ ਵੀ ਕੁਝ ਨਵਾਂ ਸਰਪ੍ਰਾਈਜ਼ ਲੈ ਕੇ ਆ ਰਹੇ ਨੇ ਆਪਣੇ ਆਡੀਅੰਸ ਦੇ ਲਈ ਲਾਸਟ ਬਟ ਨਾਟ ਦ ਲੀਸਟ ਇੱਧਰ ਕਾਰਤਿਕ ਆਰਿਅਨ ਦੀ ਨਵੀਂ ਮੂਵੀ ਆ ਰਹੀ ਹੈ ਜੀ ਜਿਹੜੀ ਕਿ ਸ਼ਹਿਜ਼ਾਦਾ ਮੂਵੀ ਹੈ ਔਰ ਇਹ ਮੂਵੀ ਵੀ ਅੱਲੂ ਅਰਜੁਨ ਦੀ ਮੂਵੀ ਦਾ ਹਿੰਦੀ ਰੀਮੇਕ ਹੈ ਇਸ ਮੂਵੀ ਨੂੰ ਕਿੰਨਾ ਪਿਆਰ ਮਿਲਦਾ ਹੈ ਤਾਂ ਪਤਾ ਲੱਗ ਜਾਏਗਾ ਬਟ ਫਿਲਹਾਲ ਇਹਨੇ ਦੱਸ ਦਿੰਦੀ ਹੈ ਕਿ ਇਹ ਇੱਕ ਡਰਾਮੈਟੀਕਲ ਮੂਵੀ ਹੈ ਫੈਮਿਲੀ ਡਰਾਮਾ ਮੂਵੀ ਹੈ ਸੋ ਇਹ ਹੈ ਇਸ ਹਫ਼ਤੇ ਦੀਆਂ ਮਨੋਰੰਜਨ ਜਗਤ ਦੇ ਆਪ 'ਚ ਦੇਖਦੇ ਰਹੋ ਰੇਡੀਓ ਸਪਾਈਸ ਸਮੇਂ ਦੀ ਆਵਾਜ਼